ਦੇਸ਼ਾਂ ਦੇ ਵਿਦੇਸ਼ਾਂ ਵਿੱਚ ਬੈਠੀ ਸਾਰੀ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਉਸ ਪਾਵਨ ਪਵਿੱਤਰ ਅਸਥਾਨ 'ਤੇ ਜਿੱਥੇ ਸਾਹਿਬ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾ ਕੇ ਇਸ ਅਸਥਾਨ ਨੂੰ ਪਵਿੱਤਰ ਕੀਤਾ। ਤਾਂ ਮੈਂ ਜਸ਼ਨਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ। ਅਸੀਂ ਜਾਣਦੇ ਹਾਂ ਇਸ ਅਸਥਾਨ ਦਾ ਨਾਮ ਅੰਬ ਸਾਹਿਬ ਕਿਉਂ ਪਿਆ ਅਤੇ ਇਸ ਅਸਥਾਨ ਦੇ ਇਤਿਹਾਸ ਕੀ ਹੈ। ਸਾਡੇ ਨਾਲ ਜੁੜ ਚੁੱਕੇ ਨੇ ਚਰਨਜੀਤ ਸਿੰਘ ਜੀ, ਇਸ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਿੰਘ ਸਾਹਿਬ, ਪਹਿਲਾਂ ਤਾਂ ਇਸ ਅਸਥਾਨ ਦਾ ਨਾਮ ਜਿਹੜਾ ਅੰਬ ਸਾਹਿਬ, ਗੁਰਦੁਆਰਾ ਸ਼੍ਰੀ ਅੰਬ ਸਾਹਿਬ ਹੈ, ਉਸ ਅਸਥਾਨ ਦਾ ਨਾਮ ਅੰਬ ਸਾਹਿਬ ਕਿਵੇਂ ਪਿਆ, ਉਹਦੇ ਬਾਰੇ ਜਾਣਕਾਰੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਅਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਅਸਥਾਨ ਗੁਰਦੁਆਰਾ ਅੰਬ ਸਾਹਿਬ ਹੈ। ਇਹ ਮੋਹਾਲੀ ਵਿਖੇ ਸਥਿਤ ਹੈ। ਇਹਦਾ ਇਤਿਹਾਸਿਕ ਪਿਛੋਕੜ ਇਹ ਹੈ ਜੀ, ਇਸ ਅਸਥਾਨ ਦੇ ਉੱਤੇ ਇੱਕ ਗੁਰਸਿੱਖ ਪ੍ਰੇਮੀ ਸਨ ਜਿਨ੍ਹਾਂ ਦਾ ਨਾਂ ਸੀ ਭਾਈ ਕੂਰਮ ਜੀ। ਉਹ ਸੇਵਾ ਕਰਦੇ ਸਨ। ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਗਏ। ਜਿਸ ਵੇਲੇ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਗਏ ਅਤੇ ਗੁਰੂ ਮਹਾਰਾਜ ਦਾ ਦੀਵਾਨ ਸਜਾ ਹੋਇਆ ਸੀ, ਵੇਖਦੇ ਕੀ ਹੈ ਕਿ ਜਿਹੜੀ ਸੰਗਤ ਅਫਗਾਨਿਸਤਾਨ ਉੱਧਰੋਂ ਆਈ ਹੈ ਮੁਲਤਾਨ ਵਾਲੇ ਪਾਸੇ ਤੋਂ, ਉਹ ਅੰਬ ਲੈ ਕੇ ਆਈ, ਜਿਹੜੇ ਆਪਾਂ ਅੰਬ ਖਾਂਦੇ ਹਾਂ। ਅੰਬ ਲਿਆ ਕੇ ਮਹਾਰਾਜ ਦੇ ਚਰਨਾਂ 'ਚ ਭੇਟ ਕੀਤੇ। ਭਾਈ ਸਾਹਿਬ ਕੂਰਮ ਜੀ ਦੇ ਮਨ 'ਚ ਆਇਆ ਵੀ ਮੈਂ ਤਾਂ ਇਹ, ਕਿਉਂਕਿ ਇਲਾਕਾ ਅੰਬਾਂ ਦਾ ਇਲਾਕਾ ਸੀ ਮਸ਼ਹੂਰ, ਵੀ ਮੈਂ ਅੰਬਾਂ ਦੇ ਇਲਾਕੇ 'ਚੋਂ ਆਇਆ, ਮੈਂ ਅੰਬ ਕਿਉਂ ਨਹੀਂ ਲੈ ਕੇ ਆਇਆ। ਅਤੇ ਗੁਰੂ ਜੀ ਨੇ ਜਦੋਂ ਉਹ ਸੰਗਤ ਨੇ ਅੰਬ ਭੇਟਾ ਕੀਤੇ, ਸਾਰੀ ਸੰਗਤ ਨੂੰ ਵਰਤਾ ਦਿੱਤੇ। ਜਦੋਂ ਸਾਰਿਆਂ ਨੂੰ ਵਰਤਾਏ, ਭਾਈ ਕੂਰਮ ਜੀ ਨੇ ਉਹ ਅੰਬ ਆਪਣੇ ਕੋਲ ਰੱਖ ਲਏ। ਅਗਲੇ ਦਿਨ ਸਵੇਰ ਨੂੰ ਉਹੀ ਗੁਰੂ ਜੀ ਨੂੰ ਭੇਟ ਕੀਤੇ। ਗੁਰੂ ਜੀ ਨੇ ਪੁੱਛਿਆ, ਭਾਈ ਸਾਹਿਬ ਜੀ, ਕੂਰਮ ਜੀ, ਇਹ ਅੰਬ ਤੁਸੀਂ ਛਕੇ ਨਹੀਂ? ਉਹਨਾਂ ਆਖਿਆ, ਮਹਾਰਾਜ, ਮੇਰੇ ਮਨ 'ਚ ਖਿਆਲ ਸੀ ਵੀ ਮੈਂ ਅੰਬਾਂ ਦੇ ਇਲਾਕੇ 'ਚੋਂ ਆਇਆ, ਮੇਰਾ ਆਪਣਾ ਅੰਬਾਂ ਦਾ ਬਾਗ ਹੈ, ਅਤੇ ਮੈਂ ਉੱਥੋਂ ਆਇਆ, ਮੈਂ ਲਿਆਇਆ ਨਹੀਂ, ਇਸ ਲਈ ਮੈਂ ਤੁਹਾਨੂੰ ਭੇਟ ਕੀਤੇ ਆ। ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ, ਭਾਈ ਸਾਹਿਬ, ਇਹ ਤੁਹਾਨੂੰ ਪ੍ਰਸ਼ਾਦ ਮਿਲਿਆ, ਇਹ ਤੁਸੀਂ ਛਕੋ, ਸਮਾਂ ਆਏਗਾ ਅਸੀਂ ਤੁਹਾਡੇ ਕੋਲ ਆਵਾਂਗੇ, ਤੁਹਾਡੇ ਕੋਲੋਂ ਅੰਬ ਛਕਾਂਗੇ। ਪਰ ਉਹ ਸਮਾਂ ਸੀ ਜਿਹੜਾ, ਉਹ ਐਸਾ ਸਮਾਂ ਸੀ ਕਿ ਗੁਰੂ ਅਰਜਨ ਦੇਵ ਜੀ, ਉਦੋਂ ਬਾਅਦ ਕੁਝ ਮਹੀਨਿਆਂ ਬਾਅਦ ਗੁਰੂ ਅਰਜਨ ਦੇਵ ਜੀ ਲਾਹੌਰ ਚਲੇ ਗਏ ਅਤੇ ਮਹਾਰਾਜ ਦੀ ਸ਼ਹੀਦੀ ਹੋ ਗਈ। ਭਾਈ ਕੂਰਮ ਜੀ ਆ ਗਏ, ਇੱਥੇ ਆ ਕੇ ਰਹਿਣ ਲੱਗ ਪਏ। ਛੇਵੇਂ ਪਾਤਸ਼ਾਹ ਦਾ ਸਮਾਂ ਵੀ ਲੰਘ ਗਿਆ। ਜਦੋਂ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਗੁਰਗੱਦੀ 'ਤੇ ਬੈਠੇ, ਗੁਰੂ ਪਾਤਸ਼ਾਹ ਗੁਰਮਤ ਪ੍ਰਚਾਰ ਦੇ ਲਈ ਪੰਜਾਬ ਦੇ ਵਿੱਚ ਮਾਲਵੇ ਦੇ ਵਿੱਚ ਇੱਧਰ ਕੁਰੂਕਸ਼ੇਤਰ ਵਾਲੇ ਪਾਸੇ ਵੀ ਗਏ ਹੈ। ਉੱਥੋਂ ਆਉਂਦੇ ਹੋਏ ਸਿਆਲ ਦਾ, ਜਿਹਨੂੰ ਆਪਾਂ ਠੰਡ ਕਹਿੰਦੇ ਹਾਂ, ਸਰਦੀ ਦਾ ਮੌਸਮ ਸੀ। ਸਰਦੀ ਦੇ ਮੌਸਮ ਦਸੰਬਰ ਦੀ ਸੰਗਰਾਂਦ ਨੂੰ, ਜਿਵੇਂ ਆਪਾਂ ਦਸੰਬਰ ਹੁੰਦੀ ਸੰਗਰਾਂਦ ਵਾਲਾ ਦਿਨ ਸੀ, ਐਨ ਫੁੱਲ ਪੈਂਦੀ ਠੰਡ ਵਿੱਚ, ਸੰਗਤ ਸਮੇਤ ਸਿੱਖਾਂ ਸਮੇਤ ਇੱਥੇ ਆਏ। ਜਦੋਂ ਗੁਰੂ ਹਰਿਰਾਏ ਸਾਹਿਬ ਇੱਥੇ ਆਏ, ਉਸ ਵੇਲੇ ਭਾਈ ਕੂਰਮ ਜੀ ਬਿਰਧ ਹੋ ਚੁੱਕੇ ਸਨ। ਉਹਨਾਂ ਨੇ ਵੇਖਿਆ ਮਹਾਰਾਜ ਜੀ ਆਏ ਹੈ, ਖੜ੍ਹੇ ਹੋ ਗਏ, ਦਰਸ਼ਨ ਕੀਤਾ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ ਗੁਰੂ ਜੀ ਨੂੰ ਕਿ ਸਤਿਗੁਰੂ ਆਪ ਨੇ ਦਰਸ਼ਨ ਦਿੱਤੇ ਮੇਰੇ ਲਈ, ਬਹੁਤ ਵੱਡੀ ਭਾਗਾਂ ਵਾਲੀ ਗੱਲ ਹੈ। ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਾਈ ਕੂਰਮ ਜੀ, ਤੁਹਾਡੇ ਨਾਲ ਬਚਨ ਜੋ ਕੀਤਾ ਸੀ ਪੰਜਵੇਂ ਜਾਮੇ 'ਚ, ਵੀ ਤੁਹਾਡੇ ਕੋਲ ਆਵਾਂਗੇ, ਹੁਣ ਸਮਾਂ ਲੱਗਿਆ। ਅਤੇ ਨਾਲ ਗੁਰੂ ਜੀ ਨੇ ਬਚਨ ਕੀਤਾ, ਭਾਈ ਕੂਰਮ ਜੀ, ਤੁਸੀਂ ਜੋ ਵਾਅਦਾ ਕੀਤਾ ਸੀ ਅੰਬ ਛਕਾਉਣ ਦਾ, ਉਹ ਅੰਬ ਵੀ ਛਕਾਓ। ਉਹਨਾਂ ਨੇ ਦੇਖਿਆ ਵੀ ਇਹ ਤਾਂ ਮਹੀਨਾ ਬੜਾ ਦਸੰਬਰ ਦਾ, ਇਸ ਦਿਨ 'ਤੇ ਤਾਂ, ਇਹਨਾਂ ਦਿਨਾਂ ਦੇ ਵਿੱਚ ਤਾਂ ਅੰਬ ਹੁੰਦੇ ਹੀ ਨਹੀਂ। ਉਹਨਾਂ ਨੇ ਕੀ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਹੁਣ ਤਾਂ ਅੰਬ ਹੈ ਨਹੀਂ ਬਾਗ ਦੇ ਵਿੱਚ ਕਿਤੇ ਲੱਗੇ ਹੋਏ। ਗੁਰੂ ਹਰਿਰਾਏ ਸਾਹਿਬ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਾਈ ਸਾਹਿਬ, ਜਾਓ ਦੇਖੋ।
ਗੁਰੂ ਨਾਨਕ ਕਿਰਪਾ ਕਰੇ ਤਾਂ ਕੁਝ ਵੀ ਹੋ ਸਕਦਾ ਹੈ। ਸੁੱਕੇ ਰੁੱਖ ਹਰੇ ਹੋ ਸਕਦੇ ਆ, ਜਿਨ੍ਹਾਂ ਦੇ ਫਲ ਨਹੀਂ ਉਹਨਾਂ ਨੂੰ ਫਲ ਲੱਗ ਸਕਦੇ ਆ। ਜਦੋਂ ਮਹਾਰਾਜ ਦਾ ਬਚਨ ਮੰਨ ਕੇ ਭਾਈ ਕੂਰਮ ਜੀ ਗਏ ਬਾਗ ਵਿੱਚ ਤਾਂ ਕੀ ਵੇਖਦੇ ਆ, ਜਿੰਨੇ ਬੂਟੇ ਸਾਨੂੰ ਅੰਬਾਂ ਨਾਲ ਭਰੇ ਪਏ ਸੀ। ਸੰਗਤ ਨੂੰ ਨਾਲ ਲਾ ਲਿਆ, ਪੱਕੇ ਹੋਏ ਮਿੱਠੇ ਅੰਬ ਤੋੜੇ, ਸਾਰੀ ਸੰਗਤ ਨੂੰ ਛਕਾਏ, ਗੁਰੂ ਮਹਾਰਾਜ ਨੂੰ ਛਕਾਏ, ਅਤੇ ਗੁਰੂ ਜੀ ਛੱਕ ਕੇ ਅੰਬ ਬੜੇ ਪ੍ਰਸੰਨ ਹੋਏ ਔਰ ਬਚਨ ਕੀਤਾ, ਭਾਈ ਕੂਰਮ ਜੀ ਇਹ ਤੁਹਾਡਾ ਸਥਾਨ ਬਹੁਤ ਹੀ ਬਖਸ਼ਿਸ਼ਾਂ ਅਤੇ ਰਹਿਮਤਾਂ ਵਾਲਾ ਹੋਵੇਗਾ। ਇਹਦਾ ਨਾਮ ਵੀ ਇੱਥੇ ਅੰਬ ਛਕੇ ਸੰਗਤ ਨੇ, ਇਹਦਾ ਨਾਮ ਵੀ ਅੰਬ ਸਾਹਿਬ ਹੋਏਗਾ। ਜਿਵੇਂ ਇੱਥੇ ਬਿਨਾਂ ਰੁੱਤ ਤੋਂ ਅੰਬ ਲੱਗੇ ਆ, ਇੱਥੇ ਕੋਈ ਵੀ ਬੇਰੁੱਤਾ ਜਾਂ ਜੀਵਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਹੋਵੇ, ਬੰਦਾ ਆਖੇ ਜੀ ਮੇਰੀ ਜੀਵਨ 'ਚ ਜਾਂ ਮੇਰੀ ਕਿਸਮਤ 'ਚ ਇਹ ਫਲ ਹੈ ਨਹੀਂ, ਮੈਨੂੰ ਮਿਲ ਨਹੀਂ ਸਕਦਾ, ਉਹ ਵੀ ਮਿਲੇਗਾ। ਕੋਈ ਭਾਵਨਾ ਨਾਲ ਆ ਕੇ ਇੱਥੇ ਬਾਣੀ ਪੜ੍ਹੇ, ਸੇਵਾ ਕਰੇ, ਸਿਮਰਨ ਕਰੇ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੌਜੂਦਾ ਵੀ, ਜਦੋਂ ਐਨ ਦਸੰਬਰ ਹੁੰਦਾ ਕਿਤੇ ਅੰਬ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ। ਇੱਥੇ ਬਾਗ ਦੇ ਵਿੱਚ ਇੱਕ ਨਹੀਂ ਕਈ ਬੂਟੇ ਆ ਜਦੋਂ ਅੰਬ ਲੱਗੇ ਹੁੰਦੇ ਮਿੱਠੇ ਪੱਕੇ ਆ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਸਥਾਨ ਦੀ ਸੇਵਾ ਚੱਲਦੀ ਆ ਰਹੀ ਆ। ਸਿੰਘ ਸਾਹਿਬ, ਜਿਵੇਂ ਤੁਸੀਂ ਸਾਰਾ ਹੁਣ ਤਾਂ ਇਤਿਹਾਸ ਦਾ ਤਾਂ ਇਸ ਅਸਥਾਨ ਦਾ, ਇਸ ਅਸਥਾਨ ਦਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਗੁਰੂ ਹਰ ਰਾਏ ਸਾਹਿਬ ਜੀ ਕਿਹੜੇ ਅਸਥਾਨ ਤੋਂ ਇਸ ਅਸਥਾਨ ਵੱਲ ਆਏ ਸੀਗੇ, ਉਹਦੇ ਬਾਰੇ? ਗੁਰੂ ਹਰ ਰਾਏ ਸਾਹਿਬ ਕੀਰਤਪੁਰ ਸਾਹਿਬ ਤੋਂ ਚੱਲਦੇ ਕਈ ਥਾਈਂ ਕੁਰੂਕਸ਼ੇਤਰ ਗਏ ਸੀ। ਕੁਰੂਕਸ਼ੇਤਰ ਤੋਂ ਚੱਲਦੇ ਚੱਲਦੇ ਇੱਥੇ ਪਹੁੰਚੇ ਸੀਗੇ। ਜਦੋਂ ਗੁਰੂ ਹਰ ਰਾਏ ਸਾਹਿਬ ਮਹਾਰਾਜ ਦਾ ਆਪਾਂ ਜੀਵਨ ਪੜ੍ਹਦੇ ਹਾਂ ਨਾ, ਅਤੇ ਇੱਥੇ ਪਹੁੰਚੇ ਸੀਗੇ। ਇਸ ਅਸਥਾਨ ਤੋਂ ਬਾਅਦ ਮਹਾਰਾਜ ਕੀਰਤਪੁਰ ਸਾਹਿਬ ਨੂੰ ਚਲੇ ਗਏ। ਹਾਂਜੀ, ਕੀਰਤਪੁਰ ਸਾਹਿਬ ਕਿਉਂਕਿ ਗੁਰੂ ਹਰ ਰਾਏ ਸਾਹਿਬ ਜੀ ਦਾ ਉੱਥੇ ਹੀ ਟਿਕਾਣਾ ਸੀ ਜ਼ਿਆਦਾ। ਕੀਰਤਪੁਰ ਸਾਹਿਬ ਇਹ ਮਹਾਰਾਜ ਆਪਣੇ ਜੀਵਨ ਵਿੱਚ ਜ਼ਿਆਦਾ ਟਾਈਮ ਰਹੇ ਆ ਗੁਰੂ ਹਰ ਰਾਏ ਸਾਹਿਬ। ਇਹ ਸਨ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ, ਇਸ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਅਸਥਾਨ ਦੇ ਇਤਿਹਾਸ ਬਾਰੇ ਸਾਨੂੰ ਜਾਣੂ ਕਰਵਾਇਆ ਹੈ। ਹੁਣ ਦਿਓ ਜਸ਼ਨਪ੍ਰੀਤ ਸਿੰਘ ਨੂੰ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।